ਸਾਂਝੀ ਕਰ ਰਹੇ ਹਾਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇੱਕ ਕਾਰ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ। ਦੱਸਦੀ ਹੈ ਕਿ ਜਦੋਂ ਇੱਕ ਮੀਟਿੰਗ ਤੋਂ ਵਾਪਸ ਜਾ ਰਹੇ ਸੀ ਤਾਂ ਕਾਰ ਦੀ ਅਚਾਨਕ ਬ੍ਰੇਕ ਲੱਗਦੀ ਹੈ ਤੇ ਮਮਤਾ ਬੈਨਰਜੀ ਦੇ ਮੱਥੇ ਤੇ ਸੱਟ ਲੱਗੀ ਹੈ। ਵੱਡੀ ਖਬਰ ਹੈ, ਪੱਛਮ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਾਰ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬਰਦਮਾਨ ਤੋਂ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਵਾਪਸ ਜਾ ਰਹੇ ਸੀ ਤਾਂ ਅਚਾਨਕ ਕਾਰ ਦੀ ਬ੍ਰੇਕ ਲੱਗਦੀ ਹੈ ਤੇ ਉਹਨਾਂ ਦੇ ਮੱਥੇ ਤੇ ਸੱਟ ਲੱਗੀ ਹੈ। ਹਾਲਾਂਕਿ ਮੁੱਢਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਾਰ ਕਾਫੀ ਤੇਜ਼ ਦੱਸੀ ਜਾ ਰਹੀ ਸੀ। ਇਸ ਦੌਰਾਨ ਜਦੋਂ ਰਾਹ ਦੇ ਵਿੱਚ ਗੱਡੀ ਜਾ ਰਹੀ ਸੀ ਤਾਂ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ ਤੇ ਬ੍ਰੇਕ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਵਿੱਚ ਬੈਠੇ ਲੋਕ ਸੰਤੁਲਨ ਗਵਾ ਬੈਠੇ, ਜਿਸ ਕਰਕੇ ਮਮਤਾ ਬੈਨਰਜੀ ਦੇ ਮੱਥੇ ਤੇ ਸੱਟ ਲੱਗੀ ਹੈ। ਹਾਲਾਂਕਿ ਸੱਟ ਕਿੰਨੀ ਗੰਭੀਰ ਹੈ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ, ਪਰ ਮੱਥੇ ਤੇ ਸੱਟ ਲੱਗੀ ਹੈ ਮਮਤਾ ਬੈਨਰਜੀ ਦੇ। ਤਾਂ ਦੱਸ ਦਈਏ ਕਿ ਜਦੋਂ ਕੋਲਕਾਤਾ ਵਾਪਸ ਜਾ ਰਹੇ ਸੀ ਮਮਤਾ ਬੈਨਰਜੀ, ਉਦੋਂ ਹਾਦਸੇ ਦੇ ਵਿੱਚ ਉਹਨਾਂ ਦੇ ਮੱਥੇ ਤੇ ਸੱਟ ਲੱਗੀ ਹੈ। ਹਾਲਾਂਕਿ ਪਹਿਲਾਂ ਉਹਨਾਂ ਨੇ ਹੈਲੀਕਾਪਟਰ ਤੇ ਆਉਣਾ ਸੀ, ਪਰ ਉਸ ਦੌਰਾਨ ਦੱਸ ਦਈਏ ਕਿ ਉਹ ਜਦੋਂ ਵਾਪਸ ਜਾ ਰਹੇ ਸੀ ਖਰਾਬ ਮੌਸਮ ਦੇ ਕਾਰਨ ਹੈਲੀਕਾਪਟਰ ਉਡਾਨ ਨਹੀਂ ਭਰ ਸਕਿਆ, ਇਸ ਕਰਕੇ ਉਹ ਸੜਕ ਰਸਤੇ ਕਾਰ ਤੋਂ ਕੋਲਕਾਤਾ ਲਈ ਰਵਾਨਾ ਹੋਏ ਤਾਂ ਇਸ ਦੌਰਾਨ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਮਮਤਾ ਬੈਨਰਜੀ ਜ਼ਖਮੀ ਹੋਏ ਨੇ। ਵੱਡੀ ਖਬਰ ਹੈ, ਪੱਛਮ ਬੰਗਾਲ ਦੇ ਮੁੱਖ ਮੰਤਰੀ ਨੇ ਵੈਸਟ ਬੰਗਾਲ ਦੇ ਮਮਤਾ ਬੈਨਰਜੀ ਤੇ ਇਸ ਦੌਰਾਨ ਜਦੋਂ ਉਹਨਾਂ ਦੀ ਕਾਫਲਾ ਜਾ ਰਿਹਾ ਸੀ ਕਾਰ ਦੇ ਵਿੱਚ ਸਵਾਰ ਸੀ ਮਮਤਾ ਬੈਨਰਜੀ ਤਾਂ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਗੱਡੀ ਤੇਜ਼ ਸੀ ਤੇ ਬੇਕਾਬੂ ਹੋ ਗਏ। ਜਿਸ ਦੌਰਾਨ ਬ੍ਰੇਕ ਲੱਗਦੀ ਹੈ ਤਾਂ ਮਮਤਾ ਬੈਨਰਜੀ ਆਪਣਾ ਸੰਤੁਲਨ ਗਵਾ ਬੈਠਦੇ ਨੇ ਤੇ ਉਹਨਾਂ ਦੇ ਮੱਥੇ ਤੇ ਸੱਟ ਲੱਗੀ ਹੈ। ਗੱਡੀ ਤੇਜ਼ ਸੀ, ਬ੍ਰੇਕ ਜ਼ਿਆਦਾ ਜ਼ੋਰ ਨਾਲ ਲੱਗਦੀ ਹੈ, ਡਰਾਈਵਰ ਦੇ ਵੱਲੋਂ ਬ੍ਰੇਕ ਲਾਈ ਗਈ ਤਾਂ ਇਸ ਦੌਰਾਨ ਮਮਤਾ ਬੈਨਰਜੀ ਜ਼ਖਮੀ ਹੋਏ ਨੇ, ਉਹਨਾਂ ਦੇ ਮੱਥੇ ਤੇ ਸੱਟ ਲੱਗੀ ਹੈ। ਤਾਂ ਹਾਦਸੇ ਦਾ ਸ਼ਿਕਾਰ ਹੋਏ ਨੇ ਸੀਐਮ ਮਮਤਾ ਬੈਨਰਜੀ। ਜਦੋਂ ਉਹਨਾਂ ਦਾ ਕਾਫਲਾ ਜਾ ਰਿਹਾ ਸੀ ਬਰਦਮਾਨ ਦੇ ਵਿੱਚ ਇੱਕ ਬੈਠਕ 'ਚ ਸ਼ਾਮਲ ਹੋ ਕੇ ਉਹ ਵਾਪਸ ਜਾ ਰਹੇ ਸੀ। ਹਾਲਾਂਕਿ ਉਹਨਾਂ ਨੇ ਪਹਿਲਾਂ ਹੈਲੀਕਾਪਟਰ ਤੇ ਜਾਣਾ ਸੀ, ਪਰ ਬਾਅਦ ਦੇ ਵਿੱਚ ਖਰਾਬ ਮੌਸਮ ਕਾਰਨ ਹੈਲੀਕਾਪਟਰ ਉਡਾਨ ਨਾ ਭਰ ਸਕਿਆ ਤੇ ਉਹ ਸੜਕੀ ਰਸਤੇ ਵਾਪਸ ਜਾ ਰਹੇ ਸੀ। ਕਾਰ ਦੇ ਵਿੱਚ ਬੈਠੇ ਸੀ ਮਮਤਾ ਬੈਨਰਜੀ, ਕਾਫਲਾ ਤੇਜ਼ ਸੀ। ਜਦੋਂ ਕਾਰ ਡਰਾਈਵਰ ਦੇ ਵੱਲੋਂ ਜ਼ੋਰਦਾਰ ਬ੍ਰੇਕ ਲਾਈ ਗਈ ਤਾਂ ਜਿੰਨੇ ਵੀ ਲੋਕ ਕਾਰ ਦੇ ਵਿੱਚ ਸੀ ਉਹ ਆਪਣਾ ਸੰਤੁਲਨ ਗਵਾ ਬੈਠੇ ਤਾਂ ਇਸ ਦੌਰਾਨ ਮਮਤਾ ਬੈਨਰਜੀ ਦੇ ਸਿਰ 'ਤੇ, ਯਾਨੀ ਕਿ ਮੱਥੇ 'ਤੇ ਸੱਟ ਲੱਗੀ ਹੈ। ਹਾਲਾਂਕਿ ਸੱਟ ਇੰਨੀ ਜ਼ਿਆਦਾ ਨਹੀਂ ਸੀ, ਪਰ ਦੱਸਿਆ ਜਾ ਰਿਹਾ ਕਿ ਹਲਕੀ ਚੋਟ ਲੱਗੀ ਹੈ ਮਮਤਾ ਬੈਨਰਜੀ ਦੇ। ਤਾਂ ਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ।